ਪਿਓਰਸ ਵੈਲਕਮ ਬੈਕ ਆਨ ਪ੍ਰੋਗਰਾਮ ਸੋਰੀਅਸ ਗੱਲਬਾਤ ਕਰਨ ਜਾ ਰਹੇ ਆ ਕਿ ਆਸਟ੍ਰੇਲੀਆ ਵਿੱਚ ਪਾਵੀਆਂ ਹਿੰਦੂ ਤਵੀਆਂ ਨੇ ਪਿਛਲੇ ਮਹੀਨਿਆਂ ਵਿੱਚ ਸਿੱਖ ਵਿਰੋਧੀ ਨਫ਼ਰਤ ਫਲੌਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਉੱਥੇ ਬ੍ਰਿਸਬਨ ਦੇ ਨੇੜਲੇ ਸ਼ਹਿਰ ਗੋਲਡ ਕੋਸਟ ਵਿੱਚ ਹੋਈਆਂ 35ਵੀਆਂ ਸਿੱਖ ਖੇਡਾਂ ਯਾਦਗਾਰੀ ਜੜੀਆਂ ਹੋ ਨਿਬੜੀਆਂ ਔਰ ਤਿੰਨ ਦਿਨ ਚੱਲੀਆਂ ਇਹਨਾਂ ਗੇਮਾਂ ਵਿੱਚ 5000 ਤੋਂ ਜ਼ਿਆਦਾ ਐਥਲੀਟਸ ਨੇ ਜਿਹੜਾ ਪਾਰਟਿਸਿਪੇਟ ਕੀਤਾ ਤੇ 1.5 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਹਨਾਂ ਗੇਮਾਂ ਦਾ ਜਿਹੜਾ ਉਹ ਆਨੰਦ ਬਣਿਆ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਅੰਨੇ ਇਸੇ ਤਰ੍ਹਾਂ ਬਣੇ ਰਹਿਣਾ ਦੇਖਰ ਸੁਣ ਲਈ ਅਨਲਿਖਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਅਸੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆਦਾਦ ਕਰਦੇ ਹਾਂ ਜਿਹੜੇ ਕਿ YouTube ਲਾਈਵ ਚੈਟ ਤੇ ਨੇ Facebook ਤੇ ਨੇ ਔਰ ਅਸੀਂ ਕੁਝ ਵੀਰਾਂ ਭੈਣਾਂ ਨੂੰ ਇਕਨੋਲਜ ਕਰਨਾ ਚਾਹੁੰਦੇ ਹਾਂ ਵੀਰ ਸੇਵਕ ਸਿੰਘ ਉਹਨਾਂ ਨੇ ਰਾਦਰ ਸਾਹਿਬ ਨੂੰ ਇਹ ਕਿਹਾ ਕਿ ਵੱਧ ਤੋਂ ਵੱਧ ਪ੍ਰੋਗਰਾਮ ਸ਼ੇਅਰ ਕਰੋ। ਇਸ ਨੂੰ ਸ਼ੇਅਰ ਕਰੋ। ਅੱਛਾ। ਇਸੇ ਤਰ੍ਹਾਂ ਅਮਰਪਾਲ ਨੇ ਜਿਹੜਾ ਫਤਿਹ ਬਲਾਕ ਕਿਹਾ ਕਹਿੰਦੇ ਨੇ एवरीवन ਵਾਚਿੰਗ ਫ্রম ਕੈਲੀਫੋਰਨੀਆ ਯੂ ਐਸ اے। ਬਹੁਤ ਸ਼ੁਕਰੀਆ ਜਸ ਉਰੰਵਲੋਂ ਲਿਖਿਆ ਗਿਆ। ਬਾਦਲ ਟੂ ਕਰਨਾ ਥਾ ਪਰ ਜੋ ਮਾਨੀਏ ਇੰਟਰਵਿਊ ਦੇਖਿਆ ਜ਼ਰੂਰ ਇਹ ਕੋਈ ਰੀਸੈਂਟ ਹੋਏਗਾ। ਉਹਨੇ ਕਿਹਾ ਨੋ ਸਿਕ ਵਾਂਟ ਨੋ ਸਿਕ ਸਿਕ ਵਾਂਟ ਖਾਲਸਤਾਨ ਇੱਕ ਇਨਕਰੀਜ਼ਿੰਗ ਨੰਬਰ ਆਫ ਟਰਬਨਸ ਔਨ ਇੰਡੀਅਨ ਸਕਰੀਨਸ retired general etc uh, all engaged in defending the indefensible uh, peace ramadan to also unne musliman paina praan wali ramadan nu jehda o mubarakbad ditti hai mubarakbad uh, ditti hai. hai par naam di naal unne jo ajj vartara chal raha hai sab renta se khona nahi koi retired general koi patrakar koi ambassador koi idhar udhar sab us kisam de jehde ne ikatthe karke de aa rahe ne ਆਗਾ ਗੋਲ ਉਹ ਲਿਖਦੇ ਨੇ ਯੰਕਲ ਡਾਕਟਰ ਅਮਰਜੀਤ ਸਿੰਘ ਐਂਡ ਮਾਈ ਵੰਡਰਫੁਲ लवली सिस्टर कौरਜੀ ਆਈ ਲਵ ਯੂ ਆਲ ਐਂਡ ਐਗਜੈਕਟਲੀ ਸੇਮ ਇਜ਼ ਹੈਪਨਿੰਗ ਇਨ ਪਾਕਿਸਤਾਨ ਅਕੋਰਡਿੰਗਲੀ ਵਿਦ ਦਾ ਇੰਟਰਨੈਸ਼ਨਲ ਮੀਡੀਆ ਏਜੰਸੀਜ਼ ਦੇ ਕੀਪ ਪੁੱਟਿੰਗ ਚਾਰजेस ਔਨ ਪੀਟੀਆਈ ਇਰਾਨ ਸਾਡਾ ਇੱਕ ਪਾਸੇ ਆਪਣੀ ਧਰਤੀ ਬਲ ਜਦੋਂ ਦੇਖਦੇ ਤੇ ਪਾਕਿਸਤਾਨ ਦੇ ਵਿੱਚ ਜੋ ਚੱਲ ਰਿਹਾ ਮੈਂ ਤਾਂ ਕਾਫੀ ਦਿਨਾਂ ਤੋਂ ਕਈ ਵਾਰ ਮੇਰੇ ਲਈ ਦੇਖਣਾ ਵੀ ਆਪਾਂ ਹੁੰਦਾ ਡਿਸਕਸ ਵੀ ਮੈਂ ਇਸ ਲਈ ਨਹੀਂ ਕਿ ਅਭੀ ਪੇਨ ਤੋਂ ਬਿਨਾ ਔਰ ਕੁਛ ਨਹੀਂ ਹੈ ਕਹਿਣੋ ਕਿ ਬਈ ਖੂਬਸੂਰਤ ਮੁਲਕ ਕਾਇਦ ਆਜ਼ਮ ਨੇ ਬਣਾ ਕੇ ਦਿੱਤਾ ਔਰ ਕਿਨਾ ਲੋਕਾਂ ਦੇ ਹੱਥ ਚ ਅੱਜ ਇਹ ਸਭ ਕੁਛ ਔਰ ਕਿਧਰ ਨੂੰ ਹੋਏ ਤੱਕ ਜਿਹੜੇ ਨੇ ਲਜਾ ਰਹੇ ਨੇ ਅ ਅਮਰਜੀਤ ਸੈਣੀ ਉਹਨਾਂ ਨੇ ਫਤਿਹ ਬੁਲਾਈ ਹੈ ਬਜੀਤ ਵੜੈਚ ਉਹਨਾਂ ਨੇ ਵੀ ਫਤਿਹ ਬੁਲਾਈ ਹੈ ਮਨਜੀਤ ਸਿੰਘ ਮਠਾਰੂ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਮੈਦਾਨ ਪਖੈ ਫਿਰ ਗੁਰੂ ਸਾਹਿਬ ਸਭ ਦੇਖ ਚਾਖ ਰਹੇ ਨੇ ਦੁਬਾਰਾ ਉਹਨਾਂ ਨੇ ਉਹਨਾਂ ਦੇ ਪੁਰਾਣੇ ਹੱਤਕੰਡੇ ਨੇ ਬਰ ਖਾਲਸਾ ਨਵੇਂ ਦੌਰ ਦੇ ਵਿੱਚ ਨਵੀਂ ਤਿਆਰੀ ਨਾਲ ਜੇਤੂ ਹੋ ਕੇ ਜੁਦ ਲੜ ਰਿਹਾ ਹੈ ਬਿਲਕੁਲ ਤੁਸੀਂ ਠੀਕ ਕਿਹਾ ਇਹ ਫੇਥ ਹੀ ਸਾਡਾ ਜਸਪੀਰ ਬਰਾੜ ਉਹਨਾਂ ਨੇ ਤੁਹਾਨੂੰ ਵੀ ਔਰ ਮੈਨੂੰ ਵੀ ਗੁਰਫਤੇ ਬੁਲਾਈ ਹੈ ਇਸੇ ਤਰ੍ਹਾਂ ਹੋਰ ਵੀ ਸਾਡੇ ਵੀਰਾਂ ਦੇ ਅਸਰ ਅਲੀ ਉਹਨਾਂ ਨੇ ਪਾਕਿਸਤਾਨ ਖ਼ਾਰਿਸਤਾਨ ਜ਼ਿੰਦਾਬਾਦ ਕਿਹਾ ਹੈ ਔਰ ਸ਼ਿੰਦਾ ਗਿਲ ਉਹਨਾਂ ਨੇ ਫਤਿਹ ਬੁਲਾਈ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅ ਦੇਖੋ ਗੱਲ ਇਹ ਠੀਕ ਹੈ ਕਿ ਭਾਰਤੀ ਹਕੂਮਤ ਵਿਦਨ ਕੰਟਰੀ ਤਾਂ ਉਹਨਾਂ ਨੇ ਆਊਟਸਾਈਡ ਪੰਜਾਬ ਬਾਕੀ ਸਟੇਟਾਂ ਦੇ ਤਾਂ ਸਿੱਖਾਂ ਦੇ ਮਨ 'ਚ ਖੌਫ ਭਰਿਆ ਹੋਇਆ ਹੈ ਜੋ ਮੁਸਲਮਾਨਾਂ ਨਾਲ ਇਸ ਰਮਾਦਾਨ ਦੇ ਚੱਲਦੇ ਆ ਹੋ ਰਿਹਾ ਹੈ ਸੈਂਕੜੇਆਂ ਮਸੀਤਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਹਮਲੇ ਹੋਏ ਨੇ ਈਵਨ ਅੱਗੇ ਤਾਂ ਨਮਾਜ਼ ਪੜਨ ਦੇ ਵੇਲੇ ਉਹਨ ਘਰ 'ਚ ਨਮਾਜ਼ ਪੜ ਰਿਆਂ ਨੂੰ ਵੀ ਉਹਨਾਂ ਨੇ ਟਾਰਗੇਟ ਕੀਤਾ ਹੈ ਲਗਾਤਾਰਤਾ ਨਾਲ ਜਿਹੜਾ ਉਹ ਇਵਨ ਹਰਿਆਣੇ ਤੱਕ ਮਾਰ ਕਟਾਈ ਦੂਜੀ ਪਹੁੰਚ ਗਈ ਉਹਨਾਂ ਦੀ ਪਬਲਿਕ ਪਿਕਚਰਜ਼ ਆ ਰਹੀਆਂ ਨੇ ਤਰਸ਼ੂਲ ਵੰਡ ਰਹੇ ਨੇ ਪੂਰੀ ਨਫਰਤ ਫੈਲਾਈ ਜਾ ਰਹੀ ਹੈ ਇਵਨ ਕੈਨੇਡਾ ਚ ਹੁਣ ਜਦੋਂ ਇਹਨਾਂ ਨੇ ਸਿੱਖਾਂ ਤੇ ਇਲਜ਼ਾਮ ਲਾਇਆ ਜੀ ਵੈਂਡਲਾਈਜ਼ ਮੰਦਿਰ ਕਰਤਾ ਅਕਸ਼ਾਧਾਮ ਕਰਤਾ ਕੈਨੇਡਾ ਚ ਕਰਤਾ ਦੂਜਾ ਕਰਤਾ ਹੁਣ ਜਿਹੜੀ ਘਟਨਾ ਹੋਈ ਹੈ 온ਟਾਰੀਓ ਦੇ ਵਿੱਚ ਇੰਡੀਅਨ origin ਮੈਨ ਅਰੈਸਟਡ ਫॉर ਯੈਲਿੰਗ ਰਿਲੀਜੀਅਸ ਸਲਰਸ ਆਊਟਸਾਈਡ ਮਾਸਕ ਇਨ ਕੈਨੇਡਾ ਉਹਨੂੰ ਬਾਅਦ ਦੇ ਵਿੱਚ ਉਹਨਾਂ ਨੇ ਫੜ ਲਿਆ ਉਹ ਮਸਜਿਦ ਦੇ ਬਾਹਰ ਆ ਕੇ ਉਹ ਧਮਕੀਆਂ ਦੇ ਰਿਹਾ ਗੱਡੀ ਪਾਰਕਿੰਗ ਲੋਟ ਦੌੜਾ ਰਿਹਾ ਗਾੜਾਂ ਕੱਢ ਰਿਹਾ ਔਰ ਅੱਜ ਕੱਲ ਜਦੋਂ ਇਹ ਰੋਜ਼ਾ ਖੋਲਣ ਦਾ ਵਕਤ ਹੈ ਸ਼ਾਮ ਦਾ ਦੂਸਰਾ ਇੱਕ ਰੱਬ ਨਾਲ ਜੁੜਨ ਦਾ ਪੀਰੀਅਡ ਹੁੰਦਾ ਸੋ ਇਹ ਇਹਨਾਂ ਦੀ ਜਿਹੜੀ ਹਿੰਦੂਤਵੀ ਨਫ਼ਰਤ ਦੀ ਆਈਡੀਓਲੋਜੀ ਹੈ ਹੁਣ ਕਿਉਂਕਿ ਵੈਂਡਲਾਈਜ਼ ਕਰਨੇ ਕੀਤਾ ਮੰਦਰਾਂ ਨੂੰ ਕੋਈ ਨਹੀਂ ਹੈ ਕਿਉਂਕਿ ਇਹਨਾਂ ਦਾ ਆਪਣਾ ਕੰਮ ਹੈ ਪਰ ਇਹ ਤਾਂ ਹੁਣ ਖੁੱਲ ਕੇ ਜਿਹੜਾ ਇਸ ਕਿਸਮ ਦੀ ਨਫ਼ਰਤ ਦੇ ਉੱਤੇ ਉਤਰੇ ਹੋਏ ਨੇ ਅਰ ਆਸਟ੍ਰੇਲੀਆ ਦੇ حوالے ਨਾਲ ਜਿੱਥੇ 35ਵੀਂ ਜਿਹੜੀਆਂ ਗੇਮਸ ਨੇ ਆਸਟ੍ਰੇਲੀਅਨਸ ਦੇ ਗੇਮਸ ਹਾਲਾਂ ਮੈਨੂੰ ਵੀ ਅੰਦਾਜ਼ਾ ਨਹੀਂ ਸੀ ਅਸੀਂ ਇੱਕ ਦਿਨ ਇੱਕ ਸੈਗਮੈਂਟ ਕੀਤਾ ਸੀ ਪਰ ਮੈਨੂੰ ਸੀ ਆਈਡੀਆ ਕਿ ਵੀ ਚਲੋ ਇੱਕ ਵੱਡੇ ਲੈਵਲ ਦੇ ਉੱਤੇ ਹੁੰਦਾ ਹੈ ਤਿੰਨ ਦਿਨ ਚੱਲਦੀਆਂ ਨੇ ਲੇਕਿਨ ਜਦੋਂ ਮੈਂ ਉਹਨਾਂ ਦੀਆਂ ਆਡਰਡ ਨਿਊਜ਼ ਏਜੰਸੀਜ਼ ਨਿਊਜ਼ ਚੈਨਲਸ ਦੀਆਂ ਖਬਰਾਂ ਦੇਖੀ ਮੇਨਸਟ੍ਰੀਮ ਆਸਟ੍ਰੇਲੀਆ ਦੀ ਤਾਂ ਇਹ ਇਸ ਕਿਸਮ ਦੀ ਇਵੈਂਟ ਤਾਂ ਦੁਨੀਆਂ 'ਚ ਕਿਤੇ ਨਹੀਂ ਹੈ ਜੀਵਨ ਆ ਜਦੋਂ ਪੰਜਾਬ ਦੇ ਵਿੱਚ ਇਧਰ ਪ੍ਰਕਾਸ਼ ਸਿੰਘ ਬਾਦਲ ਉਧਰ ਸ਼ਾਹਬਾਦ ਸ਼ਰੀਫ ਚੀਫ ਮਿਨਿਸਟਰ ਸੀ ਇਹਨਾਂ ਨੇ ਦੋਨੋਂ ਪੰਜਾਬਾਂ ਦੀਆਂ ਖੇਡਾਂ ਦੇ ਥੱਲੇ ਕਬੱਡੀ ਔਰ ਦੂਸਰਾ ਹੀ ਸੀ ਇੱਕ ਦੋ ਉਹ ਵੀ 1-2 ਦਿਨ ਬਸ ਚੱਲ ਕੇ ਉਨੀ ਇੱਕ ਕਰਾਉਡ ਇਕੱਠੀ ਹੋਣੀ ਹੁਣ ਇਹਦੀ ਜਦੋਂ ਅਸੀਂ ਦੇਖਦੇ ਆ ਰਿਪੋਰਟਿੰਗ ਕਿ ਇੱਕ ਪਾਸੇ ਤਾਂ ਉਹਨਾਂ ਨੇ ਕੇਸਰੀ ਝੰਡੇ ਨੂੰ ਵੀ ਖਾਲਸਤਾਨ ਝੰਡਾ ਬਣਾ ਕੇ ਬਦਨਾਮ ਕੀਤਾ ਕਿਵੇਂ ਉਹਨਾਂ ਦਾ ਆਸਟ੍ਰੇਲੀਅਨ ਟੁਡੇ ਰੈਗ ਜਿਹੜੇ ਉਹਨਾਂ ਦੇ ਜਰਨਲਿਸਟਿਕ ਚੀਥੜੇ ਨੇ ਉਹਨਾਂ ਰਾਹੀਂ 네ਗੇਟਿਵਿਟੀ ਕੀਤੀ ਜੇ ਖਾਲਸਤਾਨ ਰੈਫਰੈਂਡਮ ਜਿਹੜਾ ਉਹ ਮੈਲਬਰਨ 'ਚ ਹੁੰਦਾ ਹੈ ਬ੍ਰਿਸਬੇਨ 'ਚ ਹੁੰਦਾ ਹੈ ਔਰ ਉਹ ਸਾਰਿਆਂ ਨੂੰ ਕਿਵੇਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਇਸਾਨ ਮੂਵਮੈਂਟ ਦੇ ਵੇਲੇ ਵੀ ਕਿਵੇਂ ਉਹਨਾਂ ਨੇ ਹਰਿਆਣਵੀ ਦੋ ਅੱਗੇ ਲਾ ਕੇ ਜਿਹਨਾਂ ਨੂੰ ਬਾਅਦ ਵਿੱਚ ਰਿਪੋਰਟ ਕੀਤਾ ਉਹਨਾਂ ਨੇ ਕੀਤਾ ਔਰ ਉਹ ਹਮੇਸ਼ਾ ਹੀ ਜਿਹੜਾ ਹੈ ਉਹਨਾਂ ਨੇ ਜਿੱਥੇ ਸਿੱਖਾਂ ਨੇ ਪ੍ਰੋਟੈਸਟ ਕਰਨਾ ਹੈ ਉੱਥੇ ਹੁਣ ਉਹ ਗੋ ਆ ਕੇ ਕਨਫਰੰਟ ਕਰਨ ਦੇ ਲਈ ਤਰੰਗੇ ਲੈ ਕੇ ਆ ਜਾਂਦੇ ਨੇ ਜਾਂ ਦੂਜਾ ਲੇਕਨ ਗੱਲ ਅਲਟੀਮੇਟਲੀ ਇਹ ਪੁੱਲ ਅਸੀਂ ਜਾਂਦੇ ਹਾਂ ਕਿ ਜੇ ਅ ਇਸ ਕਿਸਮ ਦੇ ਜਿਹੜਾ ਵਰਤਾਰੇ ਨੇ ਜਿੱਤ ਜਾਂ ਹਾਰ ਦਾ ਫੈਸਲਾ ਕਰਨਾ ਹੁੰਦਾ ਫਿਰ ਅਕਾਲ ਪੁਰਖ ਦੀ ਹਸਤੀ ਦਾ ਕੋਈ ਨਾ ਹੁੰਦੀ ਸੋ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਅਲਟੀਮੇਟਲੀ ਸੱਚ ਨੇ ਉੱਭਰ ਕੇ ਆਣਾ ਹੈ ਟਰੂਥ ਸਾਹਮਣੇ ਆਇਆ ਇਹਨਾਂ ਨੇ ਜਿੰਨਾ ਮਰਜ਼ੀ ਜੇ ਇਹਨਾਂ ਦੀ ਚੱਲੀ ਹੁੰਦੀ ਫਿਰ ਤਾਂ ਜੂਨ 84 ਦੇ ਪਹਿਲੇ ਹਫਤੇ ਇੰਦਰਾ ਗਾਂਧੀ ਨੇ ਸਿੱਖਾਂ ਦੀ ਪੱਟੀ ਪਹੁੰਚ ਦਿੱਤੀ ਨਹੀਂ ਪੰਜਾਬ ਕੱਟਆਫ ਕਰਕੇ ਅਕਾਲ ਤਖਤ ਢਾ ਕੇ ਹਜ਼ਾਰਾਂ ਸਿੱਖ ਮਾਰ ਕੇ ਅਗਲੀ ਡੈਕੇਡ ਚ 84 ਤੋਂ 94 95 ਤੱਕ ਉਹਦੇ ਜਾਣ ਸ਼ੀਨਾ ਨੇ ਮੁਕਾ ਕੇ ਔਰ ਬਾਅਦ 에ਅਰ ਇੰਡੀਆ ਦਾ ਹਾਦਸਾ ਕਰਾ ਕੇ ਸਿੱਖਾਂ ਨੂੰ ਦਹਿਸ਼ਤਗਰਦੀ ਚ ਬਣਾ ਕੇ ਤਾਂ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਵੀ ਇਹ ਸਿੱਖ ਕੌਮ ਕਦੇ ਦੁਬਾਰਾ ਉੱਠੇਗੀ ਔਰ ਉਹ ਬੜੇ ਫਖਰ ਨਾਲ ਗਾਇਨਦੇ ਸੀ ਬਿਲਕੁਲ ਇਹ ਸਿੱਖ ਤਾਂ ਪੜਦੇ ਸੀ ਰਾਜ ਕਰੇਗਾ ਖਾਲਸਾ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ ਪਰ ਅੱਜ ਜੇ ਅਸੀਂ 39 ਸਾਲ ਬਾਅਦ ਦੇਖਦੇ ਕੋਵਿਡ ਦੇ ਚੱਲਦੇ ਆ ਕਿਵੇਂ ਦੁਨੀਆ ਦੇ ਵਿੱਚ ਸਿੱਖਾਂ ਦੀ ਜਾਇਜ਼ਾਕਾਰ ਹੋਈ ਔਰ ਹੁਣ ਵੀ ਇਹਦੇ باوجود ਇਹਨਾਂ ਚਾਰੋਂ ਮੁਲਕਾਂ 'ਚ ਆਸਟ੍ਰੇਲੀਆ ਯੂਕੇ ਕੈਨੇਡਾ ਅਮਰੀਕਾ ਇਹਨਾਂ ਦੇ ਮਿਸ਼ਨ ਹਾਈ ਕਮਿਸ਼ਨ ਕੌਂਸੂਲੇਟ ਦੂਜੇ ਤੀਜੇ ਲੱਗੇ ਹੋਏ ਨੇ ਕੰਮ ਕਰਨ ਉਹਥੇ ਵੀ ਬੈਠੇ ਸਾਡੇ ਬੁੱਢੜ ਗਿਆਨੀ ਹਰਪ੍ਰੀਤ ਸਿੰਘ ਇੱਕ ਇੰਟਰਵਿਊ 'ਚ ਉਹਨੂੰ ਪੁੱਛ ਰਹੇ ਉਹ ਕਹਿ ਰਹੇ ਜੀ ਹਾਂ ਬਾਹਰ ਇਹ ਸਾਨੂੰ ਤਰੰਗੇ ਤਰੰਗੇ ਦਾ ਨਹੀਂ ਅਪਮਾਨ ਕਰਨਾ ਚਾਹੀਦਾ ਇਹ ਫਲਾਣਾ ਨਹੀਂ ਹੁਣ ਪੀਸਫੁੱਲ ਹੋਣਾ ਚਾਹੀਦਾ ਇਹਨਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਇਹਨਾਂ ਮੁਲਕਾਂ ਦੇ ਵਿੱਚ ਕਿਸੇ ਈਵਨ ਕਿਸੇ ਮੁਲਕ ਦਾ ਝੰਡਾ ਸਾੜਨਾ ਤਾਂ ਕੀ ਅਮਰੀਕਾ ਦਾ ਝੰਡਾ ਵੀ ਸਾੜਿਆ ਜਾ ਸਕਦਾ ਉਹਨੂੰ ਵੀ ਫਰੀਜ਼ ਕੀਤਾ ਜਾ ਸਕਦਾ ਕਿਉਂਕਿ ਇਹ ਇੱਕ ਵੇਹ ਹੈ ਪ੍ਰੋਟੈਸਟ ਕਰਨਾ ਇਹ ਪੀਸਫੁਲ ਚੀਂ ਆਂਦਾ ਹੈ ਸ਼ਾਂਤੀ ਜੀ ਆਂਦਾ ਹੈ ਲੇਕਿਨ ਉਹ ਆਪਣੇ ਆਕਾਮਾਂ ਨੂੰ ਵੀ ਖੁਸ਼ ਕਰ ਰਹੇ ਨੇ ਭਾਈ ਤੁਹਾਨੂੰ ਤੁਸੀਂ ਕੇਸਰੀ ਲਹਿਰਾ ਕੇ ਸਿੱਖਾਂ ਤੋਂ ਵੀ ਪੈਸੇ ਇਕੱਠੇ ਕਰਨੇ ਨੇ ਤੁਸੀਂ ਤਿਰੰਗਾ ਵੀ ਜਿਹੜਾ ਚਲਾਣਾ ਹੈ ਲੇਕਿਨ ਕਟੋ-ਕਟ ਬਾਹਰਲੇ ਮੁਲਕਾਂ 'ਚ ਹੁਣ ਆਸਟ੍ਰੇਲੀਆ ਵਰਗਾ ਮੁਲਕ ਜਿੱਥੇ 750 ਸਾਲ ਤੋਂ ਸਿੱਖ ਆਏ ਹੋਏ ਨੇ ਹੁਣ ਉਹਨਾਂ ਦੀ ਗਿਣਤੀ ਵੀ 300 ਟਾਈਮਸ ਵਧੀ ਹੈ ਪਰ ਇੱਕ ਪਾਸੇ ਜਿੱਥੇ ਉਹਨਾਂ ਨੇ ਖਾਲਸਤਾਨ ਰੈਫਰੈਂਡਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਕੇ ਦੱਸਿਆ ਕਿ ਭਾਵੇਂ 750 ਸਾਲ ਹੋ ਗਏ ਨੇ ਪਰ ਅਜੇ ਵੀ ਸਾਡਾ ਧਿਆਨ ਆਪਣੀ ਗੁਰੂਆਂ ਦੀ ਧਰਤੀ ਵਾਲਾ ਸੀ ਉਹਨੂੰ ਆਜ਼ਾਦ ਕਰਵਾਉਣਾ ਹੈ ਹਿੰਦੂ ਤਵੀਆਂ ਦੀ ਨਫ਼ਰਤ ਦੇ ਸਾਹਮਣੇ ਜਿਵੇਂ ਸਿੱਖਾਂ ਨੇ ਕੈਨਵਰਾ ਚ ਪੱਕਾ ਮੋਰਚਾ ਲਾ ਦਿੱਤਾ ਪਾਰਲਮੈਂਟ ਦੇ 6 ਮੈਂਬਰ ਪਾਰਲਮੈਂਟ ਬਾਹਰ ਆਏ ਨੇ ਫੇਰ ਆਸਟ੍ਰੇਲੀਅਨ ਫੌਜ ਦੇ ਵਿੱਚ ਕਿਉਂਕਿ ਸਿੱਖ ਫੌਜੀਆ ਨੇ ਗੈਲੀਪੋਲੀ ਦੇ ਵਾਰ ਚ ਵਾਰ ਦੇ ਵਿੱਚ ਨਾਲ ਖੂਨ ਡੋਲਿਆ ਹੋਇਆ ਉਹਨਾਂ ਦੇ ਤਾਂ ਯੂਨੀਫਾਰਮ ਦੇ ਵਿੱਚ ਵੀ ਪੱਗ ਹੈ ਉਸ ਗੁਰਦੁਆਰਿਆਂ 'ਚ ਜਾ ਕੇ ਭਰਤੀ ਕਰ ਰਹੇ ਨੇ ਕਿ ਵੀ ਅਸੀਂ ਸਿੱਖ ਪਲੈਟੂਨ ਬਣਾਣੀ ਉੱਥੇ ਫੇਰੇ ਵਿੱਚ ਆਪਣਾ ਤਿਰੰਗਾ ਵਾੜਨਾ ਚਾਹੁੰਦੇ ਨੇ ਕਿ ਆ ਜਾਏ ਉਹਨਾਂ ਨੇ ਕਿਹਾ ਵੀ ਬਾਹਰ ਹੁਣ ਇਹ ਜਿਹੜੀਆਂ ਆਸਟ੍ਰੇਲੀਅਨ ਗੇਮਸ ਪੈਂਤੀ ਹੋਈਆਂ ਹੋਈਆਂ ਉਸ ਦੀ ਜਦੋਂ ਮੈਂ ਰਿਪੋਰਟਿੰਗ ਦੇਖੀ ਤਾਂ ਮੈਂ ਕਿਹਾ ਜੀ ਇਹ ਤਾਂ ਜਿਨ੍ਹਾਂ ਦੇ ਮੁਲਕ ਨੇ ਇਵਨ ਉਹਨਾਂ ਦੇ ਲਈ ਇਸ ਲੈਵਲ ਦਾ ਆਰਗੇਨਾਈਜ਼ ਕਰਨਾ ਔਰ ਮੈਂ ਥੋੜਾ ਜਿਆਦਾ ਉਹਨਾਂ ਦੀ ABC 골ਡ ਕੋਸਟ ਦੀ ਪਬਲਿਕੇਸ਼ਨ ਦਾ ਮਾਰਕ ਰਿਗਬੀ ਦੀ ਸਟੋਰੀ ਹੈ ਉਸ ਤੋਂ ਮੈਂ ਕਿਉਂਕਿ ਆਸਟ੍ਰੇਲੀਆ ਵਾਲੇ ਤਾਂ ਜਾਣਦੇ ਹੋਣਗੇ ਕਿ ਇਸ ਲੈਵਲ ਤੇ ਹੈ 35ਵੇਂ 35 ਸਾਲ ਹੋ ਗਏ ਉਹਨਾਂ ਨੂੰ ਆਰਗੇਨਾਈਜ਼ ਕਰਦੇ ਉਹ ਡਿਫਰੈਂਟ ਥਾਵਾਂ ਤੇ ਕਰਦੇ ਨੇ ਐਤਕੀ ਜਿਹੜਾ ਇਹ 골ਡ ਕੋਸਟ ਸਿਟੀ ਹੈ ਬ੍ਰਿਸਬੇਨ ਤੋਂ 100 ਕਿਲੋਮੀਟਰ ਦੂਰ ਹੈ ਔਰ ਆਲਰੇਡੀ ਉਹਨਾਂ ਨੇ ਡਿਸਾਈਡ ਕਰ ਲਿਆ ਕਿ 2024 ਦੀਆਂ ਜੜੀਆਂ ਨੇ ਉਹ ਐਡੀਲੇਡ ਦੇ ਵਿੱਚ ਹੋਣਗੀਆਂ ਪਰ ਕਿਸ ਮੈਗਨੀਚਿਊਡ ਕਿਸ ਬਜਟ ਦੇ ਹੋਰੀ ਦੇ ਵਿੱਚ ਆਸਟ੍ਰੇਲੀਆ ਚ 100 ਦੇ ਕਰੀਬ ਗੁਰਦੁਆਰੇ ਨੇ 70 ਪਲਸ ਉਹ ਸਾਰੇ ਇਹਦੇ ਵਿੱਚ ਪਾਰਟਿਸਪੈਂਟ ਹੁੰਦੇ ਨੇ ਨਾਈਸ ਬੜਾ ਵੱਡਾ ਇਸ ਦਾ ਬਜਟ ਹੈ ਔਰ ਉਹਨਾਂ ਨੇ ਕਿ ਹੁਣ ਇਹ ABC ਦੀ ਰਿਪੋਰਟ ਹੈ ਗੋਲਡ ਕੋਸਟ 100000ਸ ਆਫ ਸਿਕਸ ਫ্রম ਆਸਟ੍ਰੇਲੀਆ Have gathered on Gold Coast as clubs and individuals compete for bragging rights at the Australian Sec Games. Or Udech, ne key points Organizers expect up to 150,000 people to attend over the three-day Australian Se Games event. 1.5 lakh log, games. Or is level the athletes from across Australia are competing in traditional Indian sports. ਐਜ਼ ਵੈਲ ਐਜ਼ ਮੇਨ ਸਟ੍ਰੀਮ ਇਵੈਂਟਸ ਔਰ ਉਹਦੇ ਚ ਉਹਨਾਂ ਦੇ ਜਿਹੜੇ ਆਰਗੇਨਾਈਜ਼ਰ ਨੇ ਔਰ ਪਿਕਚਰਸ ਦਰਸ਼ਕ ਨਾਲ ਦੀ ਨਾਲ ਦੇਖ ਸਕਦੇ ਨੇ ਕਿ ਆਲਰੇਡੀ 5000 ਐਥਲੀਟ ਹੂੰ ਉਹਨਾਂ ਨੇ ਪਾਰਟਿਸਿਪੇਟ ਕੀਤਾ ਜਿਹੜੇ ਰਜਿਸਟਰਡ ਇੱਕ ਪੂਰੇ ਉਹ ਸਿਸਟਮ ਚੋਂ ਨਿਕਲਦੇ ਨੇ ਔਰ ਫਿਰ ਉਹਨਾਂ ਨੇ ਕੋਟ ਕੀਤਾ ਕਿ ਬਿਸ ਦਾ ਸਿਕਸ ਆਰ ਨੋਨ ਐਜ਼ ਵਾਰੀਅਰਸ ਐਂਡ ਆਰ ਵੈਰੀ ਵੈਲ ਨੋਨ ਫਾਰ देयर ਐਥਲੈਟਿਕਸ ਐਂਡ ਸਪੋਰਟਸ ਐਬਿਲਿਟੀ ਇੰਡੀਆ ਚ ਤਾਂ ਉਹਨਾਂ ਨੇ ਕ੍ਰਸ਼ ਕਰਤਾ ਹਾਕੀ ਚ ਉਹਨਾਂ ਨੇ ਵੜ ਨਹੀਂ ਦਿੱਤੇ ਜਿਹੜੇ ਸੀ ਹੌਲੀ 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 ਉਹਨਾਂ ਨੂੰ ਪਾਸੇ ਕਰਦੇ ਚਲੇ ਗਏ ਬਾਕੀ ਜਿਹੜੇ ਨੇ ਡਰੱਗਸ ਪੰਜਾਬ ਚ ਲਿਆ ਕੇ ਰੱਖ ਦਿੱਤੀਆਂ ਫਿਰ ਇਸ ਚ ਇਹ ਕਹਿ ਰਹੇ ਨੇ ਕਿ ਭਾਈ ਇਹ ਬਹੁਤ ਸਾਰੀਆਂ ਜੜੀਆਂ ਨੇ ਇਵੈਂਟਸ ਸਾਈਮਲਟੇਨियसਲੀ ਚੱਲ ਰਹੀਆਂ ਨੇ ਐਡਡ ਵੈਨਿਊਜ਼ ਦੇ ਉੱਤੇ ਔਰ ਇਹ ਉਹਨਾਂ ਨੇ ਕਿਹਾ ਜੀ ਅਸੀਂ ਮਿਸਟਰ ਸਿੰਘ ਨੂੰ ਕੋਟ ਕੀਤਾ ਕਿ ਆਈ ਕੈਨ ਸ਼ੋ ਮਾਈ ਕਿਡਸ Who are born in Australia and have very limited access to our tradition ਇਨ ਪੰਜਾਬ ਕੇ ਪਾਈ ਅਸੀਂ ਕੀ ਐ ਇਨ ਦਿਸ ਵੇ ਦੇ ਕੈਨ ਮੀਟ ਅਦਰ ਪੀਪਲ ਫਰਮ ਅਦਰ ਸਟੇਟਸ ਹੂ ਕੈਨ ਸਪੀਕ ਦ ਸੇਮ ਲੈਂਗੁਏਜ ਸੋ ਇਟਸ ਵੈਰੀ ਇੰਪੋਰਟੈਂਟ ਟੂ ਅਸ ਹਮਮ ਔਰ ਫਿਰ ਮੈਂ ਦੇਖ ਰਿਹਾ ਸੀ ਕਿ ਹੁਣ 1.5 ਲੱਖ ਬੰਦੇ ਦੀਆਂ ਰੋਟੀ ਕਿੱਥੋਂ ਆਣੀ ਹੈ ਹਮਮ ਕਿਵੇਂ ਬੀਬੀਆਂ ਪਿਕਚਰਸ ਦੇ ਵਿੱਚ ਮੈਂ ਦੇਖਿਆ ਲੱਗੀਆਂ ਹੋਈਆਂ ਨੇ ਉਹ ਸਬਜ਼ੀਆਂ ਕੱਟ ਰਹੀਆਂ ਨੇ ਐਥਲੀਟਸ ਉਹਨਾਂ ਨੂੰ ਕਿਵੇਂ ਫ੍ਰੀਡ ਔਰ ਕਲਾ ਹੀ ਨਹੀਂ ਬਿ ਸਿੱਖ ਨੇ 1.5 ਲੱਖ ਬਹੁਤ ਸਾਰੇ ਦੂਸਰੇ ਉਹਨਾਂ ਨੂੰ ਇਹ ਵੀ ਹੈ ਫਰੀ ਫੂਡ ਜਿਵੇਂ ਅਸੀਂ ਕੈਪੀਟਲ ਹਿੱਲ ਦੇ ਫਰੀडम ਆਰਚ ਦੀ ਗੱਲ ਕੀਤੀ 3 ਟਾਈਮਸ ਜ਼ਿਆਦਾ ਦੂਸਰਿਆਂ ਨੇ ਆ ਕੇ ਇੰਜੋਏ ਕੀਤਾ ਲੰਗਰ ਔਰ ਦੂਸਰਾ ਔਰ ਇਹ ਉਹਨਾਂ ਨੇ ਕਿਹਾ ਕਿ ਭਈ ਐਂਡ ਵੀ ਹੈਵ ਗਾਟ ਵੋਲੰਟੀਅਰਸ ਵਿਦ ਅਬਾਊਟ 100 ਕਿਲੋਜ਼ ਆਫ ਐਪਲਸ ਐਂਡ ਬਨਾਨਸ ਫਾਰ ਏਵਰੀ ਡੇ ਨਾ ਇਹ ਰੋਜ਼ਾਨਾ ਔਰ ਕਿੰਨੇ ਟਨ ਜਿਹੜੇ ਨੇ گارਲਿਕ ਹੈ ਕਿੰਨਾ ਜਿੰਜਰ ਹੈ ਇਹ ਸਾਰੀਆਂ ਉਹਨਾਂ ਦੀਆਂ ਰਿਪੋਰਟਸ ਨੇ ਔਰ ਉਹ ਸਾਰੇ ਦੇ ਚੱਲਦੇ ਆ ਹੁਣ ਜਦੋਂ ਇਹਨਾਂ ਨੂੰ ਲੱਗਾ ਅੰਦਰ ਜਿਹੜਾ ਗੇਮਸ ਦੇ ਵੈਨਿਊ ਦੀ ਮੇਨ ਸਟੇਜ ਆ ਉਹਦੇ ਵਿੱਚ ਆਸਟ੍ਰੇਲੀਆ ਦਾ ਝੰਡਾ ਔਰ ਖਾਲਸੇ ਦਾ ਝੰਡਾ ਤੇ ਸ਼ਾਨ ਸਾਹਿਬ ਔਰ ਜ਼ਾਰ ਹੈ ਉਹ ਜਿਹੜੀ ਸਟੇਟ ਆ ਉਹਦਾ ਝੰਡਾ ਹੋਏਗਾ ਕੋਈ ਨਹੀਂ ਹੁਣ ਇਹਨਾਂ ਨੇ ਟਿੱਲ ਲਾਇਆ ਹੁਣ ਇਹਨਾਂ ਨੂੰ ਹੋਰ ਕੁਝ ਨਹੀਂ ਉਹਨਾਂ ਨੂੰ ਇਹ ਲੱਗਾ ਵੀ ਆਸਟ੍ਰੇਲੀਆ ਜਿਸੀਂ ਇਹ ਕਰ ਰਹੇ ਆ ਉਹ ਵਿੱਚ ਪ੍ਰਬੰਧਕਾਂ ਦੇ ਇੱਕ ਦੋ ਵਾੜੇ ਹੋਏ ਨੇ ਪਹਿਲਾਂ ਇਹ ਖਬਰ ਆਈ ਸੀ ਜੀ ਉਹਨਾਂ ਨੇ ਮੋਦੀ ਨੂੰ ਵੀ ਇਨਵਾਈਟ ਕੀਤਾ ਕਿ ਜੀ ਤੁਸੀਂ ਆਏ ਸਿਗ ਗੇਮ 'ਚ ਜੀ ਸਦਕੇ ਆਂਦਾ ਜੁੱਤੀਆਂ ਪੈਂਦੀਆਂ ਪਰ ਉਹਨਾਂ ਨੂੰ ਹੋਰ ਕੁਝ ਨਹੀਂ ਲੱਗਾ ਉਹਨਾਂ ਲੱਗਾ ਪ੍ਰਾਈਮ ਮਿਨਿਸਟਰ ਮੋਦੀ ਐਕਸਟੈਂਡ ਵਿਸ਼ੀਜ਼ ਟੂ ਪਾਰਟਿਸਪੈਂਟਸ ਆਫ 35th ਆਸਟ੍ਰੇਲੀਅਨ ਸਿਕ ਗੇਮ ਇਹਨੂੰ ਕਹਿੰਦੇ ਨੇ ਕਮਾਏਗੇ ਦੁਨੀਆ ਖਾएंगे ਹਮ ਕਿ ਵੀ ਹੋਰ ਕੋਈ ਨਹੀਂ ਹੈ ਤਾਂ ਤੁਸੀਂ ਵਿਚਵੜ ਕੇ ਦੱਸੋਗੇ ਜੀ ਅਸੀਂ ਵੀ ਆਸ਼ੀਰਵਾਦ ਦੇ ਰਹੇ ਆਂ ਔਰ ਉਹਦੇ ਚ ਸਿੱਖੀ ਦੇ ਉਹ ਗੁਣ ਗਾਇਨ ਕਰ ਰਿਹਾ ਜੀ ਸਿੱਖੀ ਏ ਤੇ ਸਿੱਖੀ ਹੋ ਤੇ ਅਖੀਰ ਚ ਫਿਰ ਉਹ ਇੰਡੀਆ ਦੇ ਆ ਜਾਂਦਾ ਕਿ ਭਾਈ ਇਹ ਜਿਹੜੇ ਨੇ ਇਹ ਭਾਰਤ ਦਾ ਦਾ ਹੋਲੀ ਗੁਰੂਜ਼ ਗਾਈਡਡ ਇੰਡੀਆ ਐਂਡ ਦਾ ਵਰਲਡ ਵਿਦ ਮੈਨੀ ਐਕਸਟਰਨਲ ਐਂਡ ਟਾਈਮਲੈਸ ਵੈਲਿਊਜ਼ ਇਫ ਵਨ ਲੁਕਸ ক্লোਜ਼ਲੀ ਐਟ ਦਾ ਲਾਈਵਸ ਐਂਡ ਟੀਚਿੰਗਸ ਆਫ ਦਾ ਹੋਲੀ ਹੋਲੀ ਗੁਰੂਜ਼ ਦੇ ਐਮਫਸਾਈਜ਼ ਦਾ ਇੰਪੋਰਟੈਂਸ ਆਫ ਫਿਜ਼ੀਕਲ ਹੈਲਥ ਅਲੋਂਗ ਵਿਦ ਸਪਿਰਚੁਅਲ ਉਹ ਉਦੋਂ ਗੁਰੂ ਵੀ ਇਹਨਾਂ ਦੇ ਹੋ ਜਾਂਦੇ ਨੇ ਪਰ ਜੋ ਪੰਜਾਬ ਦੇ ਵਿੱਚ ਅੱਜ ਉਹ ਕਰ ਰਹੇ ਨੇ ਗੁਰੂਆਂ ਦੀ ਧਰਤੀ ਤੇ ਕਰ ਰਹੇ ਨੇ ਔਰ ਇਹਨਾਂ ਦਾ ਸਪੋਕਸਮੈਨ ਉਹ ਕਹਿ ਰਿਹਾ ਹੈ ਕਿ ਜੀ ਸਾਡੀ ਬੀਜੇਪੀ ਦੀ ਸਰਕਾਰ ਬਣ ਲੈਣ ਦਿਓ ਪੰਜਾਬ 'ਚ ਅਸੀਂ ਇਹ ਕੱਢ ਦੇਣਾ ਕਿਤਾਬਾਂ ਜੋ ਕਿ ਪੰਜ ਕਕਾਰਾਂ ਵਾਲਾ ਹੀ ਸਿੱਖ ਹੁੰਦਾ ਹੈ ਇਹ ਅੰਗਰੇਜ਼ਾਂ ਨੇ ਲਿਆਂਦੇ ਸੀ ਇਹ ਕੋਈ ਪੰਜ ਕਕਾਰਾਂ ਦਾ ਕਾਨਸੈਪਟ ਸਿੱਖੇ ਜਣੇ ਸੋ ਉਹ ਤਾਂ ਤਿਆਰ ਕਰਕੇ ਬੈਠੇ ਹੋਏ ਨੇ ਕਿ ਭਾਈ ਉਹਨਾਂ ਨੇ ਤੁਹਾਡਾ ਰੈਲਡੀ ਉਹਨਾਂ ਚੀਕਾਂ ਮਾਰ ਰਹੇ ਨੇ ਕਾਲੀ ਕਿ ਜੋ ਐਨਸੀਆਰਟੀ ਦੇ ਸਿਲੇਬਸ ਚ ਅਨੰਦਪੁਰ ਦੇ ਮਥੇ ਨੂੰ ਦੱਸਤਾ ਦੇਸ਼ ਨੂੰ ਤੋੜਨ ਵਾਲਾ ਉਹ ਤਾਂ ਪਹਿਲੇ ਦਿਨ ਤੋਂ ਤੁਹਾਨੂੰ ਕਹਿੰਦੇ ਨੇ ਤੁਹਾਨੂੰ ਹੁਣ ਪਤਾ ਲੱਗਿਆ ਵੀ ਦੱਸ ਰਹੇ ਨੇ ਬੇਈਮਾਨ ਸਾਰੇ ਉਹ ਤਾਂ ਲੱਗੇ ਹੋਏ ਨੇ ਆਪਣੇ ਕੰਮ ਪਰੇ ਮੈਂ ਸਮਝਦਾ ਹਾਂ ਵੀ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਵਧਾਈ ਦੀਆਂ ਹੱਕਦਾਰ ਨੇ ਜਿਹੜੇ ਲੋਕ ਬਹੁਤ ਵਾਰ ਇਹ ਕਹਿਣਗੇ ਜੀ ਦੇਖੋ ਸਿੱਖਾਂ ਤੋਂ ਤਾਂ ਗੁਰਦੁਆਰੇ ਨਹੀਂ ਜੀ ਚੱਲਦੇ ਖਾਲਸਤਾਨ ਕਿਵੇਂ ਬਣਾ ਲੈਣਗੇ ਕਿਵੇਂ ਚਲਾ ਲੈਣਗੇ 1.5 ਲੱਖ ਲੋਕ 3 ਦਿਨ ਔਰ 5000 ਐਥਲੀਟ ਔਰ ਇਸ ਲੈਵਲ ਦਾ ਪ੍ਰਬੰਧ ਇਹ ਤਾਂ ਹਕੂਮਤਾਂ ਦੇ ਵਸਦਾ ਰੋਗ ਨਹੀਂ ਹੈ ਇਹਨਾਂ ਦੇ ਤੁਸੀਂ इंडियन स्टेट ਦੇ ਫੰਕਸ਼ਨਸ ਦੇਖੋਗੇ ਤਾਂ ਝੰਡਾ ਪੁਠਾ ਟੰਗਿਆ ਹੁੰਦਾ ਕਦੇ ਉੱਥੇ ਹੁੰਦਾ ਨਹੀਂ ਬਾਹਰ ਜਾ ਕੇ ਜਿਹੜਾ ਉਹ ਖਾਣ ਪੀਣ ਦਾ ਰੱਖਿਆ ਹੁੰਦਾ ਇਹਨਾਂ ਦਾ ਇਹ ਕੋਈ ਛੋਟਾ ਕੰਮ ਨਹੀਂ ਹੈ ਸੋ ਮੈਂ ਸਮਝਦਾ ਕਿ ਵੀ ਇਹ ਇਸ ਗੱਲ ਨੇ ਸਾਨੂੰ ਫਖਰ ਮਹਿਸੂਸ ਕਰਵਾਇਆ ਰਸੀ ਸਮਝਦੇ ਆ ਕਿ ਭਾਈ ਦੇ باوجود ਕਿ ਹਿੰਦੂ ਤਵੀਆਂ ਨੇ ਨਫ਼ਰਤ ਫੈਲਾਉਣ ਸਿੱਖਾਂ ਨੂੰ ਨੈਗੇਟ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਇਧਰ ਫਿਰ ਆਬਾ ਨਾਨਕ ਦਾ ਪੰਥ ਹੈ ਕਿ ਭਾਈ ਅਬ ਚਲ ਨੀਵ ਤਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ ਜੀ ਡਾਕਟਰ ਸਾਹਿਬ ਤੁਹਾਨੂੰ ਬਹੁਤ ਧੰਨਵਾਦ ਸਤ ਲੈਂ ਨਾ ਬ੍ਰੇਕ ਫਿਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ